ਹਾਂਜੀ ਦੋਸਤੋ, ਤਾਜ ਗਾਰਡਨ ਬ੍ਰਿਕਫੀਲਡ ਦੇ ਵਿੱਚ ਆ। ਬ੍ਰਿਕਫੀਲਡ ਨਾ ਇੱਕ ਦੂਸਰੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ, ਉਹ ਹੈ ਲਿਟਲ ਇੰਡੀਆ। ਤਾਂ ਚਲੋ ਆਪਾਂ ਜਾ ਕੇ ਵੇਖਦੇ ਹਾਂ ਸਾਡੇ ਲਈ ਤਾਜ ਗਾਰਡਨ ਨੇ ਕੀ ਤਿਆਰ ਕੀਤਾ ਖਾਣ ਵਾਸਤੇ। ਚਲੋ, ਕਿੱਦਾਂ ਭਾਅ ਜੀ? ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਤੁਹਾਡਾ? ਠੀਕ ਹੈ, ਤੁਸੀਂ ਸੁਣਾਓ? ਅੱਜ ਵੀ ਠੀਕ ਹੈ। ਸੋ ਭਾਅ ਜੀ, ਮੈਂ ਤੁਹਾਡਾ ਰੈਸਟੋਰੈਂਟ ਨਾ ਵੇਖਿਆ, ਬਹੁਤ ਹੀ ਯੂਨੀਕ ਆ। ਬਾਹਰੋਂ ਜਿਵੇਂ ਇੱਕ ਗਾਰਡਨ ਦਾ ਕੌਨਸੈਪਟ ਲੱਗਿਆ ਤੇ ਅੰਦਰ ਜਿਵੇਂ ਤਾਜ ਮਹਿਲ ਦਾ ਥੋੜਾ ਜਿਹਾ ਕੌਨਸੈਪਟ ਆ, ਯਾਨੀ ਮਾਹੌਲ ਥੋੜਾ ਜਿਹਾ ਤਾਜ ਵਰਗੂ ਆ। ਤੇ ਇੱਥੇ ਦੋ ਤਰ੍ਹਾਂ ਦਾ ਖਾਣਾ ਬਣਦਾ ਹੈ। ਓ, ਆਪਣਾ ਪੰਜਾਬੀ ਬਣਦਾ, ਇੱਕ ਨਾਰਥ ਇੰਡੀਅਨ ਬਣਦਾ। ਬੱਲੇ, ਇੱਕ ਪੰਜਾਬੀ ਦਾ ਵੀ ਤੇ ਇੱਕ ਨਾਰਥ ਇੰਡੀਅਨ ਦਾ ਵੀ? ਅੱਛਾ ਅੱਛਾ। ਤੇ ਇਸ ਕਰਕੇ ਨਾਲੇ ਬਾਹਰ ਤਾਜ ਗਾਰਡਨ ਹੈਗਾ, ਅੰਦਰ ਦੇਖਣ ਨੂੰ ਵੀ ਬਹੁਤ ਸੋਹਣਾ ਲੱਗਦਾ, ਸੇਮ ਇੰਡੀਆ ਵਰਗਾ ਲੱਗਦਾ। ਸੋ ਜਿਨ੍ਹਾਂ ਨੂੰ ਬਾਹਰ ਬਹਿਣਾ ਪਸੰਦ ਹੋਵੇ ਬਾਹਰ ਬਹਿ ਸਕਦੇ, ਜਿਨ੍ਹਾਂ ਨੇ ਅੰਦਰ ਬਹਿਣਾ ਹੋਵੇ ਥੋੜ੍ਹਾ ਜਿਹਾ ਹੋਰ। ਅੱਛਾ ਅੱਛਾ। ਸੋ ਤੁਸੀਂ ਸਾਨੂੰ ਦੱਸੋ, ਤੁਸੀਂ ਸਾਡੇ ਲਈ ਕੀ ਵਧੀਆ ਤਿਆਰ ਕੀਤਾ? ਅੱਜ ਮੈਂ ਤੁਹਾਡੇ ਲਈ ਸਪੈਸ਼ਲ ਸੀਜ਼ਲਿੰਗ ਪਲੇਟਰ। ਸੀਜ਼ਲਿੰਗ ਪਲੇਟਰ? ਲੈ, ਮੈਨੂੰ ਤਾਂ ਉਸ ਵੇਲੇ ਪਤਾ ਲੱਗਿਆ ਸੀ ਜਦੋਂ ਮੈਂ ਬੁਆ ਖੁੱਲਿਆ ਹੀ, ਲੈ ਮੈਨੂੰ ਖਾਣੇ ਦੀ ਸੀਜ਼ਲਿੰਗ ਦੀ ਖੁਸ਼ਬੂ ਆ ਗਈ ਸੀ। ਆਏ ਹਾਏ ਹਾਏ। ਸੀਜ਼ਲਿੰਗ ਪਲੇਟਰ ਦੇ ਵਿੱਚ ਤੰਦੂਰੀ ਫਿਸ਼ ਹੁੰਦੀ ਹੈ, ਇੱਕ ਹਰਿਆਲੀ ਚਿਕਨ ਹੁੰਦਾ, ਮਲਾਈ ਕਬਾਬ ਹੁੰਦਾ, ਤੰਦੂਰੀ ਚਿਕਨ ਹੁੰਦਾ, ਪ੍ਰੌਨ ਹੁੰਦੇ ਆ। ਪਰ ਤੁਸੀਂ ਅੱਜ ਤੰਦੂਰੀ ਦਾ ਸੀਜ਼ਲਿੰਗ ਲਿਆ? ਹਾਂਜੀ। ਮੱਛੀ? ਮੱਛੀ ਵੀ ਹੈਗਾ, ਇੱਕ ਵਾਲੇ ਸਪੈਸ਼ਲ ਡਿਸ਼ ਬਣਾਈ ਹੈ, ਤੰਦੂਰੀ ਫਿਸ਼ ਤੰਗੇਰੀ। ਭਾਜੀ, ਇਸ ਤਰ੍ਹਾਂ ਗੱਲ ਕਰਦੇ ਕਰਦੇ ਨਾ ਮੈਨੂੰ ਤਾਂ ਭੁੱਖ ਹੋਰ ਲੱਗ ਹੋਈ ਗਈ। ਚਲੋ ਫਿਰ ਆਪਾਂ ਜਾ ਕੇ ਪਹਿਲਾਂ ਖਾਂਦੇ ਹਾਂ। ਸੋ ਭਾਜੀ, ਹੁਣ ਸਾਨੂੰ ਦੱਸੋ, ਆਹ ਨਿੱਕੇ ਪਲੇਟ ਵਿੱਚ ਕੀ ਤਿਆਰ ਕੀਤਾ? ਇਹ ਹੈ ਤੰਗੀਰੀ ਫਿਸ਼। ਤੰਗੀਰੀ ਫਿਸ਼? ਹਾਂ, ਇਹ ਤੰਗੀਰੀ ਫਿਸ਼ ਪੂਰੀ ਵੱਡੀ ਆਉਂਦੀ ਹੈ। ਇਹ ਹੁੰਦੀ ਹੈ ਇੱਕ ਫਿਸ਼ ਕਮ ਸੇ ਕਮ 10 ਕਿਲੋ ਦੀ। ਉਹਨੂੰ ਇੱਥੇ ਆਪਣੇ ਆਪ ਹੀ ਕੱਟ ਕਰਕੇ ਤਿਆਰ ਕਰਕੇ ਪੂਰਾ, ਫਿਰ ਇਹ ਬਾਲਾਂਸ ਕੱਟ ਕੇ ਫਿਸ਼। ਇਹ ਵੀ ਤੰਦੂਰ ਸਟਾਈਲ ਦੇ ਨਾਲ ਬਣਾਇਆ ਗਿਆ? ਇਹ ਤੰਦੂਰ ਦਾ, ਇਹਦਾ ਸੌਸ ਅਲੱਗ ਹੁੰਦਾ। ਹਾਂ ਹਾਂ। ਇਹ ਫਿਸ਼ ਹੈ, ਇਹਦੇ ਵਾਸਤੇ ਅਲੱਗ ਸੌਸ ਤਿਆਰ ਕਰਨਾ ਪੈਂਦਾ, ਪਲੇਟਰ ਦਾ ਸੌਸ ਅਲੱਗ ਹੁੰਦਾ। ਸੋ ਇਹਨਾਂ ਦਾ ਅਲੱਗ ਹੁੰਦਾ? ਹਾਂਜੀ, ਇਹਨਾਂ ਦਾ ਅਲੱਗ ਹੁੰਦਾ। ਉਹਦੀ ਤਿਆਰੀ ਦੇ ਕੁਛ ਹੋਰ ਹੁੰਦਾ, ਜਿਵੇਂ ਜਿਵੇਂ ਤਿਆਰ ਕਰਨ ਵਾਸਤੇ ਕੁਛ ਡਿਫਰੈਂਟ ਮੈਥਡ ਤੁਸੀਂ? ਇਹਦੇ ਵਾਸਤੇ ਥੋੜ੍ਹਾ ਮਸਾਲਾ ਦੂਸਰਾ ਲਗਾਉਣਾ ਪੈਂਦਾ, ਇਹਦੇ ਵਾਸਤੇ ਆਪਣੇ ਇੰਡੀਅਨ ਮਸਾਲੇ ਯੂਜ ਕਰਦੇ ਹਾਂ। ਚਲੋ ਫਿਰ ਭਾਅ ਜੀ, ਆਪਾਂ ਟਰਾਈ ਕਰਦੇ ਹਾਂ ਤੰਦੂਰੀ ਤੰਗੀਰੀ ਤੰਦੂਰੀ ਫਿਸ਼। ਸੋ ਇਹ ਵੀ ਪੁਦੀਨੇ ਸੌਸ ਦੇ ਨਾਲ ਖਾ ਸਕਦੇ? ਹਾਂਜੀ, ਇਹਦਾ ਇਹਨਾਂ ਦਾ ਤੰਦੂਰ ਦਾ ਸੌਸ ਇੱਕ ਹੀ ਹੁੰਦਾ। ਔਰ ਟੈਕਸਚਰ ਬਹੁਤ ਹੋਰ ਆ, ਇਹਦਾ ਮਸਾਲਾ ਵੀ ਹੋਰ ਆ। ਹਾਂਜੀ, ਇਹਦਾ ਸਵਾਦ ਅਲੱਗ ਹੈ, ਇਹਦਾ ਜਿਹੜਾ ਮਸਾਲਾ ਅਲੱਗ ਹੈ, ਇਹਦਾ ਤੰਦੂਰ ਦਾ ਮਸਾਲਾ ਅਲੱਗ ਹੈ, ਅਤੇ ਇਹ ਘੱਟ ਸਪੈਸੀ ਹੁੰਦੀ ਹੈ। ਜੇ ਹੋਰ ਤਿੱਖਾ ਬਣਾਉਣਾ ਬਣਾ ਸਕਦੇ? ਹਾਂ, ਬਣਾ ਸਕਦੇ ਹਾਂ। ਜੇ ਕਈ ਵਾਰੀ ਕਸਟਮਰ ਕਰਦਾ ਵੀ ਸਪੈਸੀ ਬਣਾ ਦਿਓ, ਅਤੇ ਫਿਰ ਇਹਨੂੰ ਥੋੜ੍ਹਾ ਹੋਰ ਵੀ ਹੋਰ ਤਿੱਖਾ ਬਣਾ ਕੇ। ਹਾਂਜੀ ਦੋਸਤੋ, ਜੇ ਤੁਹਾਨੂੰ ਤਿੱਖਾ ਪਸੰਦ ਆ ਤੁਹਾਡੇ ਤੰਦੂਰ ਦੇ ਡਿਸ਼ ਦੇ ਵਿੱਚ, ਆਹ ਜ਼ਰੂਰ ਔਡਰ ਕਰਿਆ ਕਰੋ। ਵਧੀਆ ਵਧੀਆ ਭਾਅ ਜੀ, ਬਹੁਤ ਵਧੀਆ। ਇਹਦੇ ਵਿੱਚ ਮਲਾਈ ਕਬਾਬ ਹੈ। ਮਲਾਈ ਕਬਾਬ? ਹਾਂਜੀ, ਇਹ ਜ਼ਿਆਦਾ ਤਿੱਖਾ ਨਹੀਂ ਹੁੰਦਾ। ਸਪੈਸ਼ਲ ਜਿਹੜੇ ਗੋਰੇ ਆਉਂਦੇ ਆ ਜ਼ਿਆਦਾਤਰ, ਉਹ ਜਿਹੜੇ ਬਾਹਰਲੇ ਮੁਲਕ ਆਉਂਦੇ ਉਹ ਔਡਰ ਕਰਦੇ? ਹਾਂਜੀ, ਹਰਿਆਲੀ ਚਿਕਨ ਹੋ ਗਿਆ, ਦੈਨ ਮਲਾਈ ਕਬਾਬ, ਇਹ ਹਰਿਆਲੀ ਹੈ ਇਹਦੇ ਨਾਲ, ਇਹ ਹਰਿਆਲੀ ਚਿਕਨ। ਸੋ ਇਹ ਹਰਿਆਲੀ ਚਿਕਨ ਆ ਜਿਹੜਾ ਤਿੱਖਾ ਕੰਮ ਹੁੰਦਾ? ਹਾਂਜੀ। ਅਤੇ ਉਹ ਕੀ ਆ? ਇਹ ਮਲਾਈ ਕਬਾਬ ਹੈ। ਇਹ ਬਿਲਕੁਲ ਲੈਸ ਸਪੈਸੀ ਹੁੰਦਾ, ਇਹ ਪੂਰਾ ਸਪਾਈਸੀ ਪਾਉਂਦੇ ਨੇ। ਇਹਦਾ ਸੌਸ ਐਲਮੰਡ ਦੇ ਨਾਲ ਤਿਆਰ ਕੀਤਾ ਜਾਂਦਾ। ਹਾਂ ਬਿਲਕੁਲ, ਇਹਦੇ ਵਿੱਚ ਤਿੱਖਾ ਹੈ ਨਹੀਂ, ਥੋੜ੍ਹਾ ਜਿਹਾ ਬਲੈਂਡ ਆ, ਪਰ ਟੇਸਟ ਜ਼ਰਾ ਹੋਰ ਆ। ਸੋ ਭਾਅ ਜੀ, ਹੁਣ ਸਾਨੂੰ ਦੱਸੋ, ਹਾਂਜੀ, ਇਹ ਜਿਹੜਾ ਮੈਂ ਵੇਖਿਆ ਨਾ ਜਿਵੇਂ ਖੱਟੇ ਰੰਗ ਦਾ, ਇਹਦੇ ਬਾਰੇ ਥੋੜ੍ਹਾ ਦੱਸੋ। ਇਹ ਆਪਣਾ ਹਲਵਾ ਹੈ। ਹਲਵਾ? ਹਾਂਜੀ, ਕਾਜੂ ਹਲਵਾ। ਕਾਜੂ ਹਲਵਾ? ਅੱਛਾ, ਪਰ ਜਿਵੇਂ ਲੱਗਦਾ ਥੋੜ੍ਹਾ ਜਿਵੇਂ ਬਦਾਮ ਖੀਰ ਵਰਗੂ ਲੱਗਦਾ ਵਾ। ਬਦਾਮ ਖੀਰ, ਇਹਨੂੰ ਆਪਣੇ ਪੰਜਾਬੀ 'ਚ ਹਲਵਾ ਹੀ ਕਹਿ ਦਿੰਦੇ। ਅੱਛਾ ਅੱਛਾ, ਚੰਗਾ ਫਿਰ ਟਰਾਈ ਕਰਨਾ ਪੈਣਾ। ਟਰਾਈ ਕਰਨਾ, ਟਰਾਈ ਕਰਨਾ ਤਾਂ ਸਾਡਾ ਫਰਜ਼ ਹੁੰਦਾ। ਸਵਾਦ ਦਾ ਖਾਣਾ ਤੁਸੀਂ ਤਿਆਰ ਕੀਤਾ ਅੱਜ। ਜਿਵੇਂ ਕਸਤਰ ਦਾ ਲੱਗਦਾ ਨੀ, ਥੋੜ੍ਹਾ ਜਿਹਾ ਕਸਤਰ ਵਰਗੂ ਵੀ ਬਣਾਇਆ ਹੋਇਆ, ਪਰ ਬਦਾਮ ਦਾ ਹੋਇਆ। ਬਦਾਮ ਦੁੱਧ ਦਾ ਵਿੱਚ ਹੁੰਦਾ, ਪਿਓਰ ਦੁੱਧ ਦਾ। ਖੀਰ ਵਾਂਗੂ ਆਪਣਾ, ਮੈਂ ਖਾ ਕੇ ਵੀ ਖੀਰ ਵਾਂਗੂ ਦਾ ਟੇਸਟ ਹੁੰਦਾ, ਪਰ ਥੋੜ੍ਹਾ ਜਿਹਾ ਕਸਤਰ, ਜਿਵੇਂ ਕਸਤਰ ਦਾ ਬਣਾਇਆ ਹੋਇਆ ਵੀ ਹੈਗਾ। ਭਾਅ ਜੀ, ਮਜ਼ਾ ਹੀ ਆ ਗਿਆ ਖਾ ਕੇ। ਸੋ ਭਾਅ ਜੀ, ਸਾਨੂੰ ਦੱਸੋ, ਤੁਸੀਂ ਇੰਨਾ ਸਵਾਦ ਦਾ ਖਾਣਾ ਤਿਆਰ ਕੀਤਾ ਹੈ ਕਿ ਨਹੀਂ? ਇਹ ਜਿਹੜਾ ਮੇਰੇ ਸਾਹਮਣੇ ਖੜਾ, ਇਹਦੇ ਬਾਰੇ ਕੁਝ ਦੱਸੋ। ਇਹ ਜੂਸ ਹੈ, ਇਹ ਸਪੈਸ਼ਲ ਬਣਾਇਆ ਤੁਹਾਡੇ ਵਾਸਤੇ। ਸਪੈਸ਼ਲ? ਹਾਂਜੀ। ਸੋ ਭਾਅ ਜੀ, ਇਹਦਾ ਨਾਂ ਕੀ ਆ? ਜੂਸ, ਕਰੀਬੀਅਨ ਜੂਸ। ਹਾਂਜੀ, ਲੱਗਦਾ ਤੇ ਬੜਾ ਰਿਫਰੈਸ਼ਿੰਗ ਜਿਹਾ ਕਰਕੇ ਬਣਾਇਆ, ਸਪੈਸ਼ਲ ਬਣਾਇਆ। ਚੰਗਾ, ਫਿਰ ਆਪਾਂ ਟਰਾਈ ਕਰਦੇ ਹਾਂ। ਇਹ ਤਾਂ ਬਹੁਤ ਸਵਾਦ ਆ, ਬੜਾ ਰਿਫਰੈਸ਼ਿੰਗ ਜਿਹਾ ਫੀਲ ਆ ਗਿਆ ਖਾ ਕੇ। ਧੰਨਵਾਦ, ਇੰਨਾ ਸਵਾਦ ਦਾ ਖਾਣਾ ਖਾ ਕੇ, ਉਹ ਤੋਂ ਬਾਅਦ ਇਹ ਰਿਫਰੈਸ਼ਿੰਗ ਡਰਿੰਕ ਪੀ ਕੇ। ਤਾਜ ਗਾਰਡਨ ਸਪੈਸ਼ਲ ਡਰਿੰਕ ਹੈ। ਬੱਲੇ 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 ਭਾਅ ਜੀ, ਕਮਾਲ ਹੀ ਕਰ ਦਿੱਤਾ ਤੁਸੀਂ।
ਤੇ ਦੋਸਤੋ ਜੇ ਤੁਸੀਂ ਵੀ ਕਦੇ ਵੀ ਲਿਟਲ ਇੰਡੀਆ ਯਾਨੀ ਕਿ ਬ੍ਰਿਕਫੀਲਡ ਆਏ ਹੋਏ ਹੋ ਜੇ ਤੁਹਾਨੂੰ ਭੁੱਖ ਲੱਗੀ ਹੋਏ ਤਾਜ ਗਾਰਡਨ ਜ਼ਰੂਰ ਆਇਓ ਕਿਉਂਕਿ ਇਹਨਾਂ ਕੋਲ ਹੋਰ ਤਰ੍ਹਾਂ ਦੇ ਡਿਸ਼ ਵੀ ਹੈਗੇ ਆ ਇੱਕ ਤਾਂ ਇਹਨਾਂ ਦਾ ਮਸ਼ਹੂਰ ਸਿਜ਼ਲਿੰਗ ਪਲੇਟਰ ਅਤੇ ਤੰਦੂਰੀ ਤੰਗੀਰੀ ਫਿਸ਼ ਵੀ ਅਤੇ ਨਾਲ ਦੇ ਨਾਲ ਬਦਾਮ ਦਾ ਹਲਵਾ ਵੀ ਮਜ਼ਾ ਹੀ ਆ ਗਿਆ ਖਾ ਕੇ ਭਾਅ ਜੀ ਮਜ਼ਾ ਹੀ ਆ ਗਿਆ ਚਲੋ ਆਪਾਂ ਪਹਿਲਾਂ ਮੁਕੰਨੇ ਆ ਖਾਣਾ